ਭਾਈ ਲਹਿਣੇ ਨੇ ਸੁਣਿਆ ਸੀ ਜਿੱਦਣ ਭਾਈ ਜੋਧ ਜੀ ਨੇ ਇੱਕ ਪੰਕਤੀ ਆਸਾ ਦੀ ਵਾਰ ਦੀ ਸਰਵਣ ਕਰਵਾਈ ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਸੱਚ ਜਾਣਿਓ ਸੁਣ ਨੇ ਏਡਾ ਵੱਡਾ ਅਸਰ ਕੀਤਾ ਲਹਿਣਾ ਪੁੱਛਦਾ ਹੈ ਕਹਿੰਦਾ ਪੁਰਖਾ ਇਹ ਬਾਣੀ ਕਿਹਦੀ ਤੇ ਬਾਬੇ ਨਾਨਕ ਦਾ ਸਿੱਖ ਕਹਿਣ ਲੱਗਾ ਜੀ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਮਿਲਾ ਸਕਦਾ ਦੱਸਿਆ ਬਾਬਾ ਕਰਤਾਰਪੁਰ ਹੈ ਜੇ ਦੇਵੀ ਦੀ ਪੂਜਾ ਛੱਡ ਕੇ ਲਹਿਣਾ ਕਰਤਾਰਪੁਰ ਦੀ ਧਰਤੀ ਨੂੰ ਗਿਆ ਉਹਦੇ ਪਿੱਛੇ ਕੇਵਲ ਤੇ ਕੇਵਲ ਜਿਹੜੀ ਸਪਿਰਟ ਕੰਮ ਕਰਦੀ ਉਹ ਸੁਣਨਾ ਹੈ ਮੈਂ ਬੇਨਤੀ ਕਰਾਂ ਸੱਚ ਜਾਣਿਓ ਗੁਰੂ ਕੀ ਸੰਗਤ ਲਹਿਣੇ ਨੇ ਸੁਣਿਆ ਤੇ ਸਾਰੇ ਕਰਮ ਕਾਂਡ ਛੱਡ ਦਿੱਤੇ ਦੇਵੀ ਦੀ ਪੂਜਾ ਛੱਡ ਦਿੱਤੀ ਮੈਂ ਕਈ ਵਾਰ ਸੋਚਦਾ ਉਹਨੇ ਇੱਕ ਪੰਕਤੀ ਸੁਣੀ ਅੱਜ ਤੇ ਹਜ਼ਾਰਾਂ ਪੰਕਤੀਆਂ ਸਿੱਖ ਪੰਥ ਦੇ ਵਿੱਚ ਪੜ੍ਹੀਆਂ ਵੀ ਜਾਂਦੀਆਂ ਨੇ ਤੇ ਸੁਣੀਆਂ ਵੀ ਜਾਂਦੀਆਂ ਨੇ ਮੈਨੂੰ ਤੁਹਾਡੇ ਇਸ ਇਲਾਕੇ ਦੇ ਬਾਰੇ ਕੋਈ ਬਹੁਤਾ ਗਿਆਨ ਨਹੀਂ ਮੈਂ ਸਿਰਫ ਆਪਣੇ ਮਾਝੇ ਦੀ ਗੱਲ ਕਰਕੇ ਅੱਗੇ ਚੱਲਾਂ ਤਿੰਨ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਚੱਲਦੇ ਰਹੇ ਪ੍ਰਵਾਹ ਚੱਲਦੇ ਰਹੇ ਸੁਖਮਨੀ ਸਾਹਿਬ ਦਾ ਪਾਠ ਘਰ ਵਿੱਚ ਕਰਾਇਆ ਤੇ ਜਿਸ ਸਪੀਕਰ ਵਿੱਚ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਬਾਣੀ ਹੇਕ ਲਾ ਕੇ ਪੜ੍ਹੀ ਤੇ ਜਦੋਂ ਭੋਗ ਪੈ ਗਿਆ ਨਾ ਉਹਦੇ ਤੋਂ ਬਾਅਦ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਲੈ ਕੇ ਤੇ ਸਪੀਕਰ ਵਾਲਾ ਸਪੀਕਰ ਚੁੱਕਣ ਆਇਆ ਤੇ ਘਰ ਵਾਲਿਆਂ ਰੋਕ ਕੇ ਕਿਹਾ ਭਾਈ ਨਹੀਂ ਅਜੇ ਸਪੀਕਰ ਨਾ ਚੱਕਿਓ ਭੋਗ ਪੈ ਗਿਆ ਇਸੇ ਸਪੀਕਰ ਵਿੱਚ ਰਾਤ ਨੂੰ ਮਹਾਦੇਵੀ ਦਾ ਜਗਰਾਤਾ ਹੋਵੇਗਾ ਸੱਚ ਜਾਣਿਓ ਦਿਨੇ ਸੁਖਮਨੀ ਸਾਹਿਬ ਦੇ ਪਾਠ ਤੇ ਰਾਤ ਨੂੰ ਬਾਬੇ ਨਾਨਕ ਦੇ ਸਿੱਖ ਕੋਠਿਆਂ ਤੇ ਸਪੀਕਰ ਲਾ ਕੇ ਜਗਰਾਤੇ ਕਰਾਉਂਦੇ ਨੇ ਵੇਖੋ ਜਿਹਦਾ ਧਰਮ ਉਹਨੂੰ ਮੁਬਾਰਕ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਸੇ ਨੇ ਪੁੱਛਿਆ ਸਾਈ ਜੀ ਧਰਮ ਤੁਹਾਡਾ ਚੰਗਾ ਤੇ ਧਰਮ ਸਾਡਾ ਤੇ ਸਾਡੇ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਸਾਈ ਜੀ ਤੁਮ ਕੋ ਤੁਮਾਰਾ ਖੂਬ ਤੇ ਹਮ ਕੋ ਹਮਾਰਾ ਖੂਬ